ਉਹਨਾਂ ਨੇ ਪੁਲਿਸ ਵਾਲਿਆਂ ਨੇ ਗੱਡੀ ਮਾਰੀ ਵਿੱਚ, ਬਾਅਦ ਦੇ ਵਿੱਚ ਸੜਕ 'ਤੇ ਪਟਕਦੇ ਰਹੇ ਉਹਨੂੰ ਅਤੇ ਮਾਰ ਕੇ ਅਤੇ ਸੁੱਟ ਦਿੱਤਾ ਸੀ, ਕਿਉਂਕਿ ਗਲ 'ਚ ਸਾਫਾ ਪਾ ਕੇ ਗੱਡੀ ਨਾਲ ਫਾਹ ਦਿੱਤਾ ਗਿਆ। ਸਾਨੂੰ ਇਨਸਾਫ ਚਾਹੀਦਾ ਜੀ। ਚੌਂਕੀ ਜੋਗੇ ਵਾਲਾ ਥਾਣਾ ਮਖੂ, ਉਹਨਾਂ ਮੁਲਾਜ਼ਮਾਂ ਦਾ ਕੋਈ ਉੱਥੇ ਤਕਰਾਰ ਹੋਇਆ, ਉਹ ਤੋਂ ਬਾਅਦ ਇਹਦੀ ਡੈਥ ਹੋ ਗਈ ਹੈ ਜਿਹੜਾ ਵਿਜੇ ਕੁਮਾਰ। ਇੱਕ ਵਾਰ ਮੁੜ ਤੋਂ ਖਾਕੀ ਕਟਹਿਰੇ 'ਚ ਖੜੀ ਸਵਾਲਾਂ 'ਚ ਘਿਰੀ ਨਜ਼ਰ ਆ ਰਹੀ ਹੈ। ਜੀ ਹਾਂ, ਇੱਕ ਪਰਿਵਾਰ ਦਾ ਇਲਜ਼ਾਮ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਦਾ ਘੁੱਟ ਘੁੱਟ ਕੇ ਕਤਲ ਕਰ ਦਿੱਤਾ ਹੈ। ਹੁਣ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਦਰਅਸਲ ਬੀਤੇ ਦਿਨੀ ਮੋਗਾ ਦੇ ਪਿੰਡ ਦੂਰ ਨੇੜਿਓਂ 24 ਸਾਲਾਂ ਵਿਜੇ ਕੁਮਾਰ ਦੀ ਲਾਸ਼ ਬਰਾਮਦ ਹੋਈ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਵਿਜੇ ਦੀ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਹੋ ਗਈ ਸੀ, ਜਿਸ ਤੋਂ ਬਾਅਦ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਘੁੱਟ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਪੀੜਤ ਪਰਿਵਾਰ ਦੇ ਵੱਲੋਂ ਹੁਣ ਥਾਣੇ ਦੇ ਬਾਹਰ ਮ੍ਰਿਤਕ ਦੇਹ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀ ਬਾਈਕ ਦੇ ਵਿੱਚ ਆਪਣੀ ਗੱਡੀ ਮਾਰ ਦਿੱਤੀ, ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਗੁੰਡਾਗਰਦੀ ਤੋਂ ਉੱਤਰ ਆਏ। ਉਹਨਾਂ ਨੇ ਵਿਜੇ ਕੁਮਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਮੁਤਾਬਕ ਜਿਨ੍ਹਾਂ ਦੇ ਵੱਲੋਂ ਵਿਜੇ ਕੁਮਾਰ ਦੀ ਕੁੱਟਮਾਰ ਕੀਤੀ ਗਈ ਹੈ, ਉਹ ਦੋਵੇਂ ਪੁਲਿਸ ਮੁਲਾਜ਼ਮ ਮੋਗਾ ਦੇ ਨਹੀਂ ਬਲਕਿ ਕਿਸੇ ਹੋਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ। ਫਿਰ ਵੀ ਉਹਨਾਂ ਦੇ ਵੱਲੋਂ ਮੋਗੇ 'ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਤ ਪਰਿਵਾਰ ਫਿਲਹਾਲ ਇਨਸਾਫ ਦੀ ਮੰਗ ਕਰ ਰਿਹਾ ਹੈ। ਕਰਨੇ ਜਦੋਂ ਵੰਡ ਗਏ ਹੋਏ ਸੀ, ਆਉਂਦੇ ਪਏ ਸੀ ਘਰਾਂ ਨੂੰ, ਉਹਨਾਂ ਨੇ ਪੁਲਿਸ ਵਾਲਿਆਂ ਨੇ ਗੱਡੀ ਮਾਰੀ ਵਿੱਚ, ਬਾਅਦ ਦੇ ਵਿੱਚ ਸੜਕ 'ਤੇ ਪਟਕਦੇ ਰਹੇ ਉਹਨੂੰ ਅਤੇ ਮਾਰ ਕੇ ਅਤੇ ਸੁੱਟ ਦਿੱਤਾ ਸੀ, ਕਿਉਂਕਿ ਗਲ 'ਚ ਸਾਫਾ ਪਾ ਕੇ ਗੱਡੀ ਨਾਲ ਫਾਹ ਦਿੱਤਾ ਗਿਆ। ਮੈਨੂੰ ਇਨਸਾਫ ਚਾਹੀਦਾ ਬੇਟਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਇਨਸਾਫ ਚਾਹੀਦਾ। ਮੈਨੂੰ ਇਨਸਾਫ ਚਾਹੀਦਾ, ਪੁਲਿਸ ਦੀ ਗੱਡੀ, ਪੁਲਿਸ ਦੇ ਬੰਦੇ, ਇੱਕ ਨਾਲ ਹੋਰ ਫੜਿਆ ਹੋਇਆ ਸੀ ਉਹ ਵੀ ਵਿੱਚ ਹੀ ਸੀ, ਬੰਦਾ ਪੇਚ ਕਰਾਉਣ, ਅਸੀਂ ਬੰਦਾ ਵੇਖਣਾ ਉਹ ਕਿਹੜਾ ਹੈ। ਅਤੇ ਜੋ ਸਾਡੇ ਮੁਲਾਜ਼ਮ ਨੇ ਸਾਡੇ ਨਾਨਕੇ ਵਿੱਚ ਗੱਡੀ ਮਾਰੀ, ਕੁੱਟਮਾਰ ਕੀਤੀ ਹੈ, ਬ੍ਰਦਰ ਮੇਰੇ ਨਾਲ ਪੜਕ ਪੜਕ ਕੇ ਮਾਰਿਆ ਉਹਨੂੰ, ਠੀਕ ਹੈ ਜੀ, ਗਲ ਦੇ ਵਿੱਚ ਪਰਨਾ ਪਾ ਕੇ ਫਾਹ ਦੇ ਕੇ ਮਾਰ ਕੇ ਸੁੱਟ ਗਿਆ ਜੀ। ਉਸ ਬੰਦੇ ਦਾ ਫਿਰੋਜ਼ਪੁਰ ਏਰੀਆ ਪੈਂਦਾ ਵਾ, ਠੀਕ ਹੈ ਜੀ, ਜੋਗਿਆ ਦੇ ਵਿੱਚ ਖੰਨਿਆਂ ਤੱਕ ਆ ਸਕਦਾ, ਲੁਧਿਆਂਦੀ ਮੰਡੀ ਜੋ ਸਾਡੇ ਮੋਗੇ ਏਰੀਏ 'ਚ ਪੈਂਦੀ ਆ, ਉਹਦਾ ਇੱਧਰ ਰੌਂਗ ਏਰੀਏ 'ਚ ਆਉਣਾ ਬਣਦਾ ਨਹੀਂ ਸੀ, ਜਿੱਥੇ ਉਹਨੇ ਆਣ ਕੇ ਬਣ ਕੇ ਸਾਡੇ ਨਾਲ ਇਹ ਕਹਾਣੀ ਕੀਤੀ ਆ। ਉੱਥੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ DSP ਧਰਮਕੋਟ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮੱਖੂ ਅਧੀਨ ਪੈਂਦੀ ਚੌਂਕੀ ਜੋਗੇਵਾਲ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਵਿਜੇ ਕੁਮਾਰ ਦੇ ਨਾਲ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਵਿਜੇ ਕੁਮਾਰ ਦੀ ਮੌਤ ਹੋ ਗਈ। ਹਾਲਾਂਕਿ ਵਿਜੇ ਕੁਮਾਰ ਦੀ ਮੌਤ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ, ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕਦਾ ਹੈ, ਅਤੇ ਮਾਮਲੇ ਦੀ ਜਾਂਚ ਕੀਤੀ ਵੀ ਜਾ ਰਹੀ ਹੈ। ਵਿਜੇ ਕੁਮਾਰ ਅਤੇ ਗੁਰਪ੍ਰੀਤ ਸਿੰਘ ਗੋਪੀ, ਇਹਨਾਂ ਨਾਲ ਚੌਂਕੀ ਜੋਗੇ ਵਾਲਾ ਥਾਣਾ ਮਖੂ, ਉਹਨਾਂ ਮੁਲਾਜ਼ਮਾਂ ਦਾ ਕੋਈ ਉੱਥੇ ਤਕਰਾਰ ਹੋਇਆ ਲਲਹੇਤੀ ਪਿੰਡ ਦੇ ਨੇੜੇ, ਅਤੇ ਉਹਦੇ ਵਿੱਚ ਉਸ ਤੋਂ ਬਾਅਦ ਇਹਦੀ ਡੈਥ ਹੋ ਗਈ ਹੈ ਜਿਹੜਾ ਵਿਜੇ ਕੁਮਾਰ, ਉਹਦੇ ਬਾਰੇ ਹੁਣ ਵੈਰੀਫਾਈ ਕਰ ਰਹੇ ਹਾਂ ਵੀ ਡੈਥ ਕਿਵੇਂ ਹੋਈ ਆ, ਅਤੇ ਪਰਿਵਾਰ ਦੇ ਬਿਆਨਾਂ ਦੇ ਅਨੁਸਾਰ ਜਿਹੜੀ ਕਾਰਵਾਈ ਬਣੂਗੀ ਕਾਰਵਾਈ ਕਰ ਰਹੇ ਹਾਂ। ਤਾਂ ਜੀ ਹਾਂ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ, ਮਾਮਲੇ 'ਚ ਅਗਲੇਰੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਖਾਕੀ ਇੱਕ ਵਾਰ ਮੁੜ ਤੋਂ ਦਾਗਦਾਰ ਹੁੰਦੀ ਕਟਹਿਰੇ 'ਚ ਖੜੀ ਨਜ਼ਰ ਆ ਰਹੀ ਹੈ। ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ, PTC ਨਿਊਜ਼।